ਪੁੱਤ ਮੇਰੀ ਤਾਂ ਕੋਈ ਗੱਲ ਨਹੀਂ, ਜਾ ਜੋਤ ਲਾਗੇ ਜਾ, ਉਹਨੂੰ ਹੌਂਸਲਾ ਦੇ ਥੋੜ੍ਹਾ ਬਹੁਤਾ। ਕੋਈ ਨਹੀਂ ਮੈਂ ਜਾਂਦੀ ਹਾਂ ਉਹਦੇ। ਕਿੰਨੇ ਦਿਨ ਹੋ ਗਏ ਆ, ਗੱਲ ਨਹੀਂ ਹੁੰਦੀ ਇਹਨਾਂ ਨੂੰ। ਘੱਟੋ ਘੱਟ ਬੰਦਾ ਇੱਕ ਮੈਸੇਜ ਹੀ ਕਰਦੇ। ਫੋਨ ਤਾਂ ਨਹੀਂ ਗਾ ਤੁਹਾਨੂੰ ਕਿਸੇ ਨੂੰ ਵੀ ਆਉਣਾ, ਲਈ ਜਾਓ ਟੈਨਸ਼ਨ ਜਿੰਨੀ ਕੁ ਲੈਣੀ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੋਤ ਨੂੰ ਕਿੱਦਾਂ ਕੱਢਾਂਗੇ ਬਾਹਰ। ਸਵੇਰ ਤੋਂ ਲੈ ਕੇ ਸ਼ਾਮ ਤੱਕ ਡੀਕਦੀ ਰਹਿੰਦੀ। ਫਿਰ ਮੈਂ ਪੁੱਛੂੰਗਾ ਜੋਬਨ ਬਾਰੇ, ਠੀਕ ਆ? ਤੂੰ ਜੋਬਨ ਬਾਰੇ ਇਹੋ ਕਹਿਣਾ ਵਾ, ਉਹਨੇ ਤਾਂ ਵਿਆਹ ਕਰਾ ਲਿਆ ਵਾ ਦੂਜਾ। ਹਾਏ ਰੱਬਾ, ਅੱਜ ਚੌਥਾ ਦਿਨ ਹੋ ਗਿਆ ਵਾ, ਮੁੰਡੇ ਦਾ ਫੋਨ ਨਹੀਂ ਆਇਆ। ਮੈਨੂੰ ਤਾਂ ਘਬਰਾਹਟ ਹੀ ਹੋਈ ਜਾਣ ਰਹੀ ਆ। ਉਹ ਤਾਂ ਦਿਨ ਦੇ ਵਿੱਚ ਦੋ ਦੋ ਵਾਰਾਂ ਫੋਨ ਕਰਦਾ ਹੁੰਦਾ ਸੀ। ਕਿਹੜੀ ਮੁਸੀਬਤ ਵਿੱਚ ਫਸ ਗਿਆ ਹੋਊਗਾ ਜਿਹੜਾ ਉਹਨੂੰ ਫੋਨ ਵੀ ਕਰਨ ਦਾ ਮੌਕਾ ਨਹੀਂ ਮਿਲਣ ਡਿਆ। ਅੱਗੇ ਤਾਂ ਫੋਨ ਬਿਜ਼ੀ ਕਰ ਦਿੰਦੇ ਸੀ, ਹੁਣ ਤਾਂ ਬੰਦ ਹੀ ਹੋ ਗਿਆ ਵਾ। ਹੁਣ ਤਾਂ ਆਸ ਹੀ ਮੁੱਕ ਗਈ ਆ ਵੀ ਉਹ ਫੋਨ ਕਰੂਗਾ ਜਾਂ ਸਾਡਾ ਫੋਨ ਉਹਨੂੰ ਲੱਗੂਗਾ। ਕੀ ਕਰਾਂ ਹੁਣ ਮੈਂ, ਸਮਝ ਨਹੀਂ ਆਉਣ ਡਈ ਕੁਝ। ਪਿੰਡ ਦੇ ਮੁੰਡੇ ਵੀ ਤਾਂ ਗਏ ਆ, ਇਹਨਾਂ ਨੂੰ ਮੈਂ ਕਿਹਾ ਤਾਂ ਹੈ ਵਾ ਵੀ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ, ਉਹ ਵੀ ਫੋਨ ਨਹੀਂ ਚੁੱਕਣ ਡੇ। ਕਿੱਦਾਂ ਪਤਾ ਲੱਗੂਗਾ ਮੁੰਡੇ ਦਾ ਠੀਕ ਠਾਕ ਹੋਵੇ ਤਾਂ ਵੀ ਆ। ਚੱਲ ਫੋਨ ਨਹੀਂ ਵੀ ਆਉਂਦਾ ਕੋਈ ਨਹੀਂ, ਉਹਨੂੰ ਕੁਛ ਨਾ ਹੋਇਆ ਹੋਵੇ, ਉਹ ਠੀਕ ਠਾਕ ਹੀ ਹੋਵੇ। ਮੈਂ ਤਾਂ ਨਹੀਂ ਆ। ਬੈਠੀ ਮੈਂ ਜੀ? ਬੈਠੀ ਹਾਂ ਪੁੱਤ, ਬਹਿਣਾ ਬਹਿਣਾ ਕੀ ਆ, ਟੈਨਸ਼ਨ ਦੇ ਵਿੱਚ ਹੀ ਹਾਂ, ਫਿਕਰ ਲੱਗਾ ਵਾ। ਐਵੇਂ ਇੰਨੀ ਫਿਕਰ ਜੀ ਕਿਉਂ ਕਰਨ ਦੇ ਆ ਤੁਸੀਂ? ਹੌਸਲਾ ਰੱਖੋ ਥੋੜ੍ਹਾ ਜਿਹਾ, ਕੀ ਗੱਲ ਹੋ ਗਈ ਆ? ਪੁੱਤ ਫਿਕਰ ਤਾਂ ਹੁੰਦਾ ਹੀ ਆ, ਚੌਥਾ ਦਿਨ ਵਾ ਫੋਨ ਨਹੀਂ ਗਾ ਆ। ਮੰਮੀ ਜੀ ਹੌਸਲਾ ਰੱਖੋ, ਕੀ ਗੱਲ ਹੋ ਗਈ ਆ? ਪੁੱਤ ਹੌਸਲਾ ਕਾਹਦਾ ਰੱਖਾਂ, ਮੈਨੂੰ ਤਾਂ ਕੋਈ ਸਮਝ ਨਹੀਂ ਆਉਣ ਡਈ ਫੋਨ ਬੰਦ ਹੋ ਕਿਉਂ ਗਿਆ ਵਾ। ਜੇ ਬੈਟਰੀ ਖਰਾਬ ਹੁੰਦੀ ਜਾਂ ਫੋਨ ਖਰਾਬ ਹੁੰਦਾ ਉਹ ਤਾਂ ਝੱਟ ਹੀ ਨਵਾਂ ਫੋਨ ਲੈ ਲੈਂਦਾ ਹੁੰਦਾ ਵਾ। ਮੰਮੀ ਜੀ ਮੇਰੀ ਸੁਣੋ ਗੱਲ, ਪਤਾ ਨਾ ਗੱਲ ਕੀ ਆ, ਹੁਣ ਇਹਨਾਂ ਨੇ ਉਹਨਾਂ ਦੇ ਦੋਸਤ ਨੂੰ ਫੋਨ ਲਾਇਆ ਸੀ, ਉਹ ਵੀ ਫੋਨ ਨਹੀਂ ਚੁੱਕਣ ਦੇ। ਕੀ ਪਤਾ ਕੋਈ ਪ੍ਰੋਬਲਮ ਹੋਵੇ ਉੱਥੇ ਨੈਟਵਰਕ ਦੀ ਕਿ ਜਿਹੜਾ ਕਿਸੇ ਦਾ ਫੋਨ ਵੀ ਨਹੀਂ ਲੱਗਣ ਦਿਆ। ਪੁੱਤ ਫੋਨ ਲੱਗਦਾ ਵਾ, ਬੈਲ ਜਾਂਦੀ ਸੀ, ਗਾੜੀਆਂ ਬਿਜ਼ੀ ਕਰ ਦਿੰਦੇ ਸੀ। ਜਦੋਂ ਅਸੀਂ ਵਾਰ ਵਾਰ ਫੋਨ ਕੀਤੇ ਗਾੜੀਆਂ ਫੋਨ ਹੀ ਬੰਦ ਹੋ ਗਿਆ। ਮੰਮੀ ਜੀ ਟੈਨਸ਼ਨ ਨਾ ਲਓ, ਜੇ ਫੋਨ ਨਹੀਂ ਲੱਗਣ ਦਿਆ ਤਾਂ ਇਹਨਾਂ ਦੇ ਨਾ ਭਾਜੀ ਕੇ ਦੋਸਤ ਤਾਂ ਹੈਗੇ ਹੀ ਆ ਬਾਹਰ, ਅਤੇ ਮੈਂ ਇੱਦਾਂ ਕਰਦੀ ਹਾਂ ਇਹਨਾਂ ਨਾਲ ਗੱਲ ਕਰਦੀ ਹਾਂ, ਇਹਨਾਂ ਨੂੰ ਮੈਂ ਕਹਿੰਦੀ ਭਲਾ ਫੋਨ ਲਾ ਕੇ ਪੁੱਛੋ ਉਹਨਾਂ ਨੂੰ। ਪੁੱਤ ਫਿਕਰ ਕਿੱਦਾਂ ਨਾ ਕਰਾਂ, ਮੈਨੂੰ ਤਾਂ ਫਿਕਰ ਹੈ ਹੀ ਹੈ ਵਾ, ਜੋਤ ਨੂੰ ਮੈਂ ਕੀ ਹੌਂਸਲਾ ਦੇਵਾਂ। ਮੰਮੀ ਜੀ ਜੋਤ ਵੀ ਡਈ ਸੀ, ਮੈਂ ਗਈ ਸੀ ਕੱਲ੍ਹ ਉਹਦੇ ਵੱਲ ਵੀ, ਉਹ ਵੀ ਐਵੇਂ ਰੋਈ ਜਾਂਦੀ ਆ। ਰੋਇਆ ਕੋਈ ਹੱਲ ਹੈਗਾ? ਪਹਿਲਾਂ ਮੈਨੂੰ ਦੱਸੋ, ਆਪਣੀ ਸਿਹਤ ਖਰਾਬ ਕਰੋਗੀਆਂ। ਹੈ ਤਾਂ ਠੀਕ ਆ ਤੇਰੀ ਗੱਲ, ਪਰ ਜਿੰਨਾ ਚਿਰ ਫੋਨ ਨਹੀਂ ਨਾ ਆਉਂਦਾ ਉਨਾ ਚਿਰ ਕੁਝ ਪਤਾ ਨਹੀਂ ਲੱਗਦਾ ਵੀ ਕੀ ਬਣਨਾ ਵਾ ਤੇ ਕੀ। ਜੇ ਹੁਣ ਉਹਨੂੰ ਕੱਲ੍ਹ ਚਾਹ ਦੇਣ ਗਈ, ਉਹਨੇ ਚਾਹ ਨਾ ਪੀਤੀ, ਰੋਟੀ ਨਹੀਂ ਖਾਧੀ, ਮੈਂ ਇੱਦਾਂ ਬਿਮਾਰ ਪੈ ਗਈ ਹਾਂ, ਮੰਮੀ ਡੈਡੀ ਤੇਰੇ ਅੱਗੇ ਨਹੀਂ ਇੱਥੇ ਹੈਗੇ, ਤਾਂ ਮੁੜ ਕੇ ਕਿੱਧਰ ਨੂੰ ਖੜਨਾ ਵਾ ਤੈਨੂੰ? ਉਹਨੂੰ ਥੋੜ੍ਹਾ ਬਹੁਤਾ ਤੁਸੀਂ ਆਪ ਹੌਂਸਲਾ ਦਿਆ ਕਰੋ, ਜੇ ਤੁਸੀਂ ਆਪ ਹੀ ਇੱਦਾਂ ਕਰੀ ਗਏ ਤਾਂ ਉਹਨੂੰ ਕਿੰਨੇ ਸਮਝਾਉਣਾ ਵਾ। ਮੈਂ ਤਾਂ ਉਹਨੂੰ ਬਥੇਰਾ ਸਮਝਾਉਂਦੀ ਹਾਂ, ਉਹਦੇ ਹੁੰਦਿਆਂ ਤਾਂ ਮੈਂ ਕੋਈ ਗੱਲ ਹੀ ਨਹੀਂ ਗੀ ਕਰਦੀ। ਪਰ ਨਹੀਂ ਮੰਮੀ ਜੀ, ਤੁਹਾਡੇ ਵੱਲ ਵੇਖ ਵੇਖ ਕੇ ਨਾ ਉਹ ਸੋ ਜ਼ਿਆਦਾ ਕਰਦੀ ਆ। ਇਹ ਆ ਵੀ ਤੁਸੀਂ ਥੋੜ੍ਹਾ ਜਿਹਾ ਹੌਸਲਾ ਰੱਖੋ, ਕੋਈ ਗੱਲ ਨਹੀਂ ਸਾਰਾ ਕੁਛ ਠੀਕ ਹੋ ਜਾਣਾ ਆ। ਘਰੋਂ ਵੀ ਲੜ ਝਗੜ ਕੇ ਗਿਆ, ਹੱਸ ਖੇਡ ਕੇ ਜਾਂਦਾ, ਸਾਡੇ ਮਨ ਨੂੰ ਵੀ ਸ਼ਾਂਤੀ ਹੁੰਦੀ ਕਿ ਪਤਾ ਉਹਦੇ ਮਨ ਵਿੱਚ ਕਿਹੜੀ ਗੱਲ ਬਹਿ ਗਈ ਆ ਜਾਂ ਕੀ ਗੱਲ ਵਾ ਜਿਹੜਾ ਫੋਨ ਨਾ ਕਰਦਾ ਵਾ ਤਾਂ ਨਾ ਸਾਡਾ ਚੁੱਕਦਾ ਹੀ ਆ। ਮੰਮੀ ਜੀ ਫਿਕਰ ਤਾਂ ਹੁਣ ਸਾਰਿਆਂ ਨੂੰ ਹੀ ਹੈਗੀ ਆ, ਸਾਨੂੰ ਵੀ ਟੈਨਸ਼ਨ ਆਉਂਦੀ ਆ, ਪਰ ਹੁਣ ਕੀ ਕਰ ਸਕਦੇ ਹਾਂ। ਪੁੱਤ ਮੇਰੀ ਤਾਂ ਕੋਈ ਗੱਲ ਨਹੀਂ, ਜਾ ਜੋਤ ਲਾਗੇ ਜਾ, ਉਹਨੂੰ ਹੌਂਸਲਾ ਦੇ ਥੋੜ੍ਹਾ ਬਹੁਤਾ। ਕੋਈ ਨਹੀਂ ਮੈਂ ਜਾਂਦੀ ਹਾਂ ਉਹਦੇ ਵੱਲ ਵੀ। ਜਾ ਉਹ ਫਿਕਰ 'ਚ ਵਾ, ਉੱਠੋ ਤਾਂ ਤੁਸੀਂ, ਬਸ ਹੁਣ ਇੱਥੇ ਮੰਜੇ 'ਤੇ ਬੈਠੇ ਇੱਕੋ ਗੱਲ ਦੀ ਟੈਨਸ਼ਨ ਲਈ ਜਾਂਦੇ ਹਾਂ। ਕੋਈ ਗੱਲ ਨਹੀਂ ਮੈਂ ਉੱਠਦੀ ਹਾਂ, ਜਾ ਤੂੰ ਜਾ ਕੇ ਉਹਦੇ ਵੱਲ ਵੇਖ। ਮੈਂ ਜਾਂਦੀ ਉਹਦੇ ਵੱਲ। ਤੁਸੀਂ ਤਾਂ ਨਿਆਣੇ ਜੇ, ਨਿਆਣਿਆਂ ਵਾਲੀਆਂ ਗੱਲਾਂ ਕਰਦੇ ਜੀ, ਮੰਮੀ ਫਿਕਰ 'ਚ ਬੈਠੇ ਜੇ, ਉੱਠੋ ਇੱਥੋਂ ਕੋਈ ਕੰਮ ਕਰੋ। ਮੈਨੂੰ ਕੰਮ ਸੁੱਝਣ ਡਿਆ ਵਾ, ਮੈਨੂੰ ਤਾਂ ਫਿਕਰ ਲੱਗਾ ਵਾ ਵੀ ਮੁੰਡੇ ਨਾਲ ਕੀ ਚਾਂਸ ਬਣਿਆ ਹੋਊਗਾ ਜਾਂ ਕੀ ਗੱਲ ਵਾ ਜਿਹੜਾ ਫੋਨ ਨਹੀਂ ਚੁੱਕਣ ਡਿਆ। ਲਵਲੀ ਕਹਿਣ ਡਿਆ ਮੇਰੀ ਗੱਲ ਹੋਈ ਸੀ, ਹੁਣ ਕਹਿੰਦਾ ਫੋਨ ਹੀ ਬੰਦ ਹੋ ਗਿਆ ਵਾ। ਗੱਲ ਕੋਈ ਸਮਝ ਵਿੱਚ ਨਹੀਂ ਆਉਂਦੀ ਵੀ ਚੱਕਰ ਚੱਲਣ ਕੀ ਡਿਆ ਵਾ।
ਕਿੰਨੇ ਦਿਨ ਹੋ ਗਏ ਆ, ਗੱਲ ਨਹੀਂ ਹੁੰਦੀ ਇਹਨਾਂ ਨਾਲ। ਘੱਟੋ ਘੱਟ ਬੰਦਾ ਇੱਕ ਮੈਸੇਜ ਹੀ ਕਰ ਦੇ। ਇੱਦਾਂ ਕਰਨੀ ਆ, ਇੱਕ ਵਾਰੀ ਫਿਰ ਫੋਨ ਲਾ ਕੇ ਵੇਖ ਲੈਂਦੀ ਹਾਂ, ਕੀ ਪਤਾ ਹੁਣ ਕਰ ਹੀ ਲਿਆ ਹੋਵੇ ਫੋਨ ਇਹਨਾਂ ਨੇ। ਫੋਨ ਤਾਂ ਬੰਦ ਹੀ ਆਉਣ ਦਿਆ, ਅੱਗੇ ਬਿਜ਼ੀ ਆਉਂਦਾ ਸੀ, ਹੁਣ ਬੰਦ ਆ ਹੀ ਜਾਣ ਦਿਆ ਵਾ। ਵਾਹਿਗੁਰੂ ਜੀ, ਸਾਰਾ ਕੁਛ ਠੀਕ ਠਾਕ ਹੀ ਹੋਵੇ। ਜੋਤ ਬੈਠੇ ਆ? ਹਾਂਜੀ ਦੀਦੀ। ਬੜੀ ਚੁੱਪ ਜੀ ਬੈਠੀ, ਕੀ ਗੱਲ ਆ? ਨਹੀਂ ਨਹੀਂ ਦੀਦੀ, ਉੱਦਾਂ ਹੀ ਬਸ ਬਹਿ ਗਈ ਸੀ। ਬਹੁਤ ਟੈਨਸ਼ਨ ਨਾ ਲੈ, ਕਿਉਂ ਇੰਨਾ ਫਿਕਰ ਕਰਨ ਦੀ ਆ? ਹਾਲ ਤੈਨੂੰ ਮੈਂ ਕੱਲ੍ਹ ਸਮਝਾ ਕੇ ਗਈ ਸੀ, ਫਿਰ ਤੇ ਰਹੋ ਹਾਲ ਵਾਜ। ਦੀਦੀ ਬਥੇਰਾ ਸਮਝਾਉਂਦੀ ਹਾਂ ਮਨ ਨੂੰ, ਪਰ ਸਮਝ ਨਹੀਂ ਆਉਂਦੀ ਕੀ ਕਰਾਂ। ਹੌਸਲਾ ਰੱਖ ਬਹੁ, ਕੋਈ ਗੱਲ ਨਹੀਂ। ਮੈਂ ਨਾ ਭਾਅ ਜੀ ਤੇਰੇ ਨੂੰ ਕਹਿੰਦੀ ਹਾਂ, ਉੱਥੇ ਜਿਹੜੇ ਹੋਰ ਦੋਸਤ ਵਾ ਨਾ ਭਾਅ ਜੀ ਦੇ, ਉਹਨਾਂ ਨੂੰ ਫੋਨ ਲਾ ਕੇ ਕੋਈ ਨਹੀਂ ਪੁੱਛਦੇ ਹਾਂ ਆਪਾਂ। ਕੀ ਪਤਾ ਉਹ ਫੋਨ ਚੁੱਕ ਹੀ ਲੈਣ, ਦੱਸਣਗੇ ਕੁਛ ਨਾ ਕੁਛ ਬਿਚਾਰੀ ਕਿੱਥੇ ਆ ਕਿੱਥੇ ਨਹੀਂ, ਹੈ ਨਾ। ਹਾਂਜੀ, ਕੱਲ੍ਹ ਫੋਨ ਲਾਉਂਦੇ ਹਾਂ ਤਾਂ ਬਿਜ਼ੀ ਹੁੰਦਾ ਸੀ, ਹੁਣ ਤਾਂ ਬੰਦ ਹੀ ਜਾਂਦੇ। ਉਹ ਫਿਰ ਦੁਬਾਰਾ ਲਾਇਆ ਸੀ? ਹਾਂਜੀ। ਚੱਲ ਕੋਈ ਗੱਲ ਨਹੀਂ, ਤੂੰ ਹੌਸਲਾ ਰੱਖ, ਕੋਈ ਨਹੀਂ, ਕੰਮ ਦੇ ਵਾਧੇ ਘਾਟੇ ਹੁੰਦੇ ਰਹਿੰਦੇ ਆ ਉੱਥੇ। ਹੁਣ ਮੇਰੀ ਗੱਲ ਸੁਣ, ਜਦੋਂ ਵਿਆਹ ਤੋਂ ਪਹਿਲਾਂ ਸੀ ਨਾ, ਉਦੋਂ ਵੀ ਭਾਅ ਜੀ ਨੇ ਤਿੰਨ ਤਿੰਨ ਚਾਰ ਚਾਰ ਦਿਨ ਘਰੇ ਫੋਨ ਲਾਉਂਦੇ ਨਹੀਂ ਸੀ ਹੁੰਦੇ, ਉਦੋਂ ਵੀ ਤਾਂ ਟਾਈਮ ਕੱਢਦੇ ਸੀ। ਹਾਂਜੀ। ਤਾਂ ਕੋਈ ਗੱਲ ਨਹੀਂ, ਕਰ ਦੇਣਗੇ। ਕਿੰਨੇ ਕੁ ਦਿਨ ਹੋਏ? ਚਾਰ ਕੁ ਦਿਨ ਹੋਏ ਆ, ਕੀ ਪਤਾ ਕੱਲ੍ਹ ਨੂੰ ਫੋਨ ਕਰ ਦੇਣ। ਹਾਂਜੀ, ਉਹ ਤਾਂ ਹੈ ਹੀ ਆ। ਆਹ ਤਾਂ ਮੇਰਾ ਬਹੁ ਇੰਨੀ ਟੈਨਸ਼ਨ ਨਾ ਲੈ, ਮੈਨੂੰ ਇਹ ਫਿਕਰ ਵਾ ਕਿ ਤੂੰ ਕਿਤੇ ਬਿਮਾਰ ਨਾ ਹੋ ਜਾਏ। ਨਹੀਂ ਨਹੀਂ ਦੀਦੀ, ਲੱਗੀ ਆ ਬਸ ਮੈਂ ਕੰਮ ਕਰਨ। ਮੇਰੀ ਗੱਲ ਸੁਣ, ਕੰਮ ਦੀ ਗੱਲ ਨਹੀਂ ਹੈਗੀ, ਚਾਹੇ ਤੂੰ ਉੱਠ ਕੇ ਕੰਮ ਕਰ, ਤੂੰ ਬਸ ਇਹ ਆ ਵੀ ਆਪਣਾ ਧਿਆਨ ਹੋਰ ਥਾਂ ਲਾ। ਹਾਂਜੀ, ਨਹੀਂ ਨਹੀਂ, ਤਾਂ ਹੀ ਲੱਗੀ ਹਾਂ ਮੈਂ, ਘਰ ਦਾ ਥੋੜ੍ਹਾ ਬਹੁਤਾ ਕਰ ਲੈਂਦੀ ਹਾਂ, ਫਿਰ ਮਨ ਹੋਰ ਦਾ ਹੋਰ। ਇਹ ਕਿ ਧਿਆਨ ਤੇਰਾ ਥੋੜ੍ਹਾ ਜਿਹਾ ਹੋਰ ਥਾਂ ਹੋਊਗਾ ਨਾ, ਫਿਰ ਥੋੜ੍ਹੀ ਟੈਨਸ਼ਨ ਮੁੱਕਣੀ ਹੈ ਤੇਰੇ ਦਿਮਾਗ ਤੋਂ। ਇੱਦਾਂ ਤੂੰ ਇੱਕੋ ਗੱਲ ਬਾਰ ਬਾਰ ਸੋਚੀ ਜਾਣੀ ਆ। ਨਹੀਂ ਦੀਦੀ, ਮੈਂ ਲੱਗੀ ਹਾਂ ਘਰ ਦਾ ਕੰਮ ਕਰਕੇ, ਫਿਰ ਟਰਾਈ ਕਰਦੀ ਹਾਂ ਪੜ੍ਹਨ ਦੀ। ਕੋਈ ਗੱਲ ਨਹੀਂ, ਬਹੂ ਆ ਜਾਣਾ ਵਾ ਫੋਨ ਉਹਨਾਂ ਦਾ, ਅਤੇ ਬਾਕੀ ਮੈਂ ਭਾਈ ਤੇਰੇ ਨਾਲ ਕਰਦੀ ਹਾਂ ਗੱਲ, ਠੀਕ ਆ? ਅਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਫਿਰ ਫੋਨ ਲਾ ਕੇ ਨਾ, ਅਤੇ ਦੱਸ ਦੇ ਉਹਨਾਂ ਕੋਲ। ਤੁਸੀਂ ਕਰਕੇ ਛੇਤੀ ਪੁੱਛਿਓ, ਕੋਈ ਮਾੜੀ ਜਿਹੀ ਗੱਲ ਹੋ ਜੇ, ਭਾਅ ਜੀ ਨਹੀਂ ਹੋ ਜੇ, ਘੱਟੋ ਘੱਟ ਪਤਾ ਹੋਵੇ ਬਸ ਠੀਕ ਠਾਕ। ਕੋਈ ਨਹੀਂ, ਮੈਂ ਇਹਨਾਂ ਵੱਲ ਜਾਂਦੀ ਹਾਂ ਭਲਾ, ਅਤੇ ਮੈਂ ਕਹਿੰਦੀ ਹਾਂ ਭਲਾ ਲਾ ਕੇ ਪੁੱਛੋ ਭਲਾ ਕੀ ਦੱਸਦੇ ਆ। ਹਾਂਜੀ, ਹਾਂ ਚਲੋ ਉੱਠ ਫਿਰ। ਹੈਂ, ਹਾਂਜੀ। ਓਏ ਆਹੋ ਆਹੋ, ਕੰਮ ਤਾਂ ਤੁਸੀਂ ਕਰਤਾ ਵਾ, ਫੋਨ ਤਾਂ ਉਦਣ ਮੈਂ ਬੰਦ ਕਰਾਇਆ ਵਾ। ਓਏ ਆਹੋ, ਘਰਦਿਆਂ ਨੂੰ ਇਹ ਟੈਨਸ਼ਨ ਪਈ ਸੀ ਵੀ ਬਿਜ਼ੀ ਗੱਲ ਹੀ ਕਰੀ ਜਾਣ ਡੇ ਆ। ਆਹੋ, ਅਤੇ ਮੇਰੀ ਗੱਲ ਸੁਣ, ਸਬੂਤ ਨਾ ਕੋਈ ਵੀ ਰਹੇ। ਆਹੋ, ਤੈਨੂੰ ਪਤਾ ਕੰਮ ਬੜਾ ਵੱਡਾ ਵਾ, ਮੈਂ ਨਿਆਣ ਮੱਤ 'ਚ ਹੋਰ ਨਾ ਕੋਈ ਪੰਗਾ ਪਾ ਕੇ ਬਹਿ ਜਿਓ। ਚੱਲ ਠੀਕ ਹੈ, ਮੈਂ ਕਰਦਾ ਬਾਅਦ 'ਚ ਤੈਨੂੰ। ਚੰਗਾ। ਮੇਰੀ ਗੱਲ ਸੁਣਿਓ ਮਾੜੀ ਜੀ। ਕੀ ਗੱਲ ਹੋਈ ਆ? ਫੋਨ ਆਉਂਦੇ ਕਿਸੇ ਦਾ? ਓਏ ਆਹੋ, ਬਾਹਰੋਂ ਆਉਂਦਾ ਸੀ ਮੁੰਡੇ ਦਾ। ਅੱਛਾ ਅੱਛਾ, ਚੱਲ ਉਹ ਤਾਂ ਠੀਕ ਆ। ਆਹੋ, ਮੈਂ ਵੀ ਤੁਹਾਡੇ ਵੱਲ ਆਈ ਸੀ। ਕਿਉਂ, ਕੀ ਹੋਇਆ? ਸੱਚੀ ਬੜੀ ਫਿਕਰ ਜੀ ਲੱਗੀ ਆ ਘਰ, ਮੰਮੀ ਜਿਹੜੇ ਵੀ ਟੈਨਸ਼ਨ ਦੇ ਵਿੱਚ ਪਏ ਆ, ਜੇ ਮੈਂ ਜੋਤ ਵੱਲ ਜਾਂਦੀ ਆ ਉਹ ਰੋਈ ਜਾਂਦੀ ਆ, ਨਾ ਕੁਛ ਖਾਣ ਦੀ ਨਾ ਕੁਛ ਪੀਣ ਦੀ ਆ। ਉਹ ਯਾਰ, ਮੈਂ ਵੀ ਮੁੰਡਿਆਂ ਨੂੰ ਡਿਆ ਫੋਨ ਕਰਨ, ਨੰਬਰ ਨਹੀਂ ਕਿਸੇ ਦਾ ਵੀ ਮਿਲਣ ਡਿਆ। ਸੱਚੀ ਬੜੀ ਇੱਕ ਗੱਲ ਵੀ ਟੈਨਸ਼ਨ ਵਾਲੀ ਆ, ਬੰਦਾ ਕਰੇ ਕੀ। ਉਹ ਚੱਲ ਕੋਈ ਗੱਲ ਨਹੀਂ, ਤੂੰ ਹੌਸਲਾ ਤਾਂ ਦੇਣਾ ਸੀ ਉਹਨਾਂ ਨੂੰ। ਬਥੇਰਾ ਹੌਸਲਾ ਦੇ ਕੇ ਆਈ ਆ, ਜੇ ਮੰਮੀ ਆ ਉਹ ਵੀ ਨਹੀਂ ਮੰਨਣ ਨੂੰ ਤਿਆਰ, ਅਸੀਂ ਉਹਦਾ ਫੋਨ ਨਹੀਂ ਆਉਂਦਿਆ, ਫੋਨ ਨਹੀਂ ਆਉਂਦਿਆ। ਯਾਰ ਅੱਗੇ ਵੀ ਤਾਂ ਯਾਰ ਚਾਰ ਚਾਰ ਦਿਨ ਕਰਦਾ ਨੀਗਾ ਹੁੰਦਾ। ਚੱਲ ਕੋਈ ਗੱਲ ਨਹੀਂ, ਕਿਤੇ ਕੰਮ ਗਿਆ ਹੋਊਗਾ। ਮੈਂ ਤਾਂ ਸਮਝਾਉਂਦੀ ਹਾਂ, ਪਰ ਉਹਨਾਂ ਦੇ ਸਮਝਣ ਵਿੱਚ ਗੱਲ ਆਉਣ ਨਹੀਂ ਦੇਈ।
ਮੈਂ ਤੇ ਕਹਿਆ ਨਹੀਂ ਕਈ ਵਾਰ ਨੈਟਵਰਕ ਦੀ ਪ੍ਰੋਬਲਮ ਹੁੰਦੀ ਆ। ਆਹੋ ਤੁਸੀਂ ਅੱਗੇ ਵੀ ਲਾਇਆ ਸੀ ਇੱਕ ਅੱਧੇ ਦੋਸਤ ਉਹਦੇ ਨੂੰ ਫੋਨ ਤੇ ਉਹ ਵੀ ਨਹੀਂ ਚੁੱਕਣ ਦੇ। ਉਹ ਵੀ ਨਹੀਂਗਾ ਚੁੱਕਣ ਦਿਆ, ਮੈਂ ਹੋਰ ਵੀ ਕੀਤਾ ਵਾ, ਉਹਨਾਂ ਕੋਲ ਨੰਬਰ ਹੀ ਹੈਨੀ ਆ ਕਿਸੇ ਦਾ ਵੀ ਉਹਨਾਂ ਦਾ। ਤੁਸੀਂ ਜਾ ਕੇ ਥੋੜਾ ਬਹੁਤਾ ਉਹਨੂੰ ਸਮਝਾਓ, ਕੀ ਪਤਾ ਤੁਹਾਡੇ ਕਹਿਣ ਦੇ ਹੀ ਮੰਨ ਜਾਣ। ਮੈਂ ਤੇ ਕੱਲ ਦੀ ਡਈ ਆ ਮੱਥਾ ਮਾਰਨ, ਪਰ ਨਹੀਂ ਉਹਨਾਂ ਬਿਮਾਰ ਹੋ ਜਾਣਾ ਜੇ। ਉਹ ਯਾਰ ਉਹਨੇ ਤੇ ਹੋਏ ਨਾ ਤੇ ਮੰਮੀ ਸਿਆਣੀ ਬਣੀ ਸਮਝਾਵੇ ਹਨ ਤੇ ਮੰਮੀ ਕੀ ਕਰਨਾ। ਟੈਨਸ਼ਨ ਲਈ ਜਾਣ ਦੀ ਟੈਨਸ਼ਨ ਤੇ ਹੁੰਦੀ ਆ ਨਾ, ਦੱਸ ਤੁਹਾਨੂੰ ਨਹੀਂ ਨਾ ਪਤਾ। ਮੈਂ ਕਿੰਨੇ ਨਹੀਂ ਜਿਹੜੇ ਆਪਣੇ ਪਿੰਡ ਦੇ ਮੁੰਡੇ ਗਏ ਨਾਲ ਉਹਦੇ, ਉਹਨਾਂ ਦਾ ਨਹੀਂ ਲੱਗਣ ਦਿਆ। ਪਿੰਡ ਦੇ ਮੁੰਡਿਆਂ ਨੇ ਕਿੱਥੋਂ ਚੁੱਕਣਾ, ਪਹਿਲਾਂ ਤਾਂ ਕਦੀ ਉਹਨਾਂ ਨੂੰ ਕਵਾਇਆ ਨਹੀਂ ਅਸੀਂ। ਕੋਈ ਗੱਲ ਨਹੀਂ, ਮੈਂ ਕਰਨਾ ਵਾ ਕਿਤੋਂ ਪਤਾ, ਜਾ ਤੂੰ ਜਾ ਕੇ ਹੌਂਸਲਾ ਦੇ ਉਹਨਾਂ ਨੂੰ। ਮੈਂ ਹੌਂਸਲਾ ਤਾਂ ਦੇਣ ਦੀ, ਪਰ ਫਿਕਰ ਵਾਲੀ ਬੜੀ ਗੱਲ ਵਾ। 4-5 ਦਿਨ ਹੋ ਚੱਲੇ ਨੇ, ਇੱਕ ਦੋ ਘੰਟੇ ਦੀ ਗੱਲ ਨਹੀਂ ਹੈਗੀ। ਚੱਲ ਹੁਣ ਕੀ ਕਰੀਏ ਫਿਰ, ਹੁਣ ਮੈਂ ਤਾਂ ਕੋਸ਼ਿਸ਼ ਕਰਨ ਨਹੀਂ ਡਿਆ ਵਾਂ। ਪਰ ਸਮਝ ਨਹੀਂ ਲੱਗਣ ਦੀ ਵੀ ਫੋਨ ਕਿਉਂ ਨਾ ਚੁੱਕਣ ਦੇ ਹੋਣਗੇ। ਅੱਗੇ ਤਾਂ ਚਲੋ ਮੰਨਿਆ ਵੀ ਉਦੋਂ ਕੁਆਰੇ ਸੀ, ਅਤੇ ਚੱਲ ਮੰਨਿਆ ਵੀ ਯਾਰਾ ਦੋਸਤਾਂ ਨਾਲ ਘੁੰਮਣ ਚਲੇ ਗਏ ਹੋਣਗੇ ਕਿਤੇ, ਚਾਹੇ ਕਿੱਦਾਂ ਵਾ। ਹੁਣ ਤਾਂ ਉਹਨਾਂ ਨੂੰ ਮਗਰ ਪਤਾ ਹੋਣਾ ਚਾਹੀਦਾ ਨਾ। ਭਾਬੀ ਨੇ ਤੂੰ ਪੁੱਛਣਾ ਵੀ ਕੋਈ ਗੱਲਬਾਤ ਨਹੀਂ ਹੋਈ ਫੋਨ 'ਤੇ? ਉਹਨੇ ਬਸ ਇੰਨੀ ਗੱਲ ਮੈਨੂੰ ਕਹੀ ਆ ਕਿ ਮੈਨੂੰ ਬੋਲ ਕੇ ਬੜਾ ਗਏ। ਕੋਈ ਉਦੋਂ ਦੇ ਬੋਲ ਕੇ ਗਏ, ਮੁੜ ਕੇ ਤੇ ਫੋਨ ਆਉਂਦਾ ਹੀ ਰਿਹਾ 2-4 ਦਿਨ। ਗੱਲ ਕਿੱਥੋਂ ਹੋਈ ਹੈ, ਬਸ ਜਾ ਕੇ ਫੋਨ ਹੀ ਨਹੀਂ ਕੀਤਾ ਉਦੋਂ ਦਾ। ਤੁਸੀਂ ਇਹ ਨਹੀਂ ਕਿ ਮੇਰੇ ਨਾਲ ਗੱਲ ਹੋਈ ਹੈ? ਤੈਨੂੰ ਪਤਾ ਬੋਲਣ ਨੂੰ ਨਾ ਹਟਦੀਆਂ ਹੁੰਦੀਆਂ, ਤੂੰ ਇਦਾਂ ਗਿਆ ਜਾਊਂ ਗਿਆ ਫਿਰ ਬੰਦਾ ਗੁੱਸਾ ਕਰਦਾ ਵਾ। ਉਹ ਤਾਂ ਵਿਚਾਰੀ ਕੋਈ ਗੱਲ ਹੀ ਨਹੀਂ ਕਰਦੀ, ਉਹਨੇ ਕੀ ਕਹਿਣਾ ਸੀ, ਉਹ ਤਾਂ ਜਿੱਦਾਂ ਕਹਿੰਦੀ ਉਦਾਂ ਵਿਚਾਰੀ ਸੋ ਕਰਦੀ ਆ। ਚੱਲ ਕੋਈ ਗੱਲ ਨਹੀਂ, ਆਖੇ ਵੀ ਦੀਦੀ ਮੈਨੂੰ ਇਹ ਇਦਾਂ ਗੁੱਸੇ ਹੋ ਕੇ ਗਏ ਆ, ਮੈਂ ਸਗੋਂ ਚਾਹ ਪੁੱਛੀ ਤੇ ਮੈਨੂੰ ਗਾੜੀਓ ਬੜਾ ਗੁੱਸੇ ਨਾ ਪਏ ਆ। ਤੇ ਮੈਂ ਕਿਹਾ ਕੋਈ ਗੱਲ ਨਹੀਂ ਬਾਊ, ਕਈ ਵਾਰ ਬੰਦਾ ਨਾ ਬਾਹਰੋਂ ਖਿਜਿਆ ਆਉਂਦਾ ਵਾ, ਤੇ ਤਾਂ ਕਰਕੇ ਗੁੱਸੇ ਨਾਲ ਬੋਲ ਪਏ ਹੋਣੇ ਆ। ਕੋਈ ਗੱਲ ਨਹੀਂ, ਫਿਕਰ ਨਾ ਕਰ ਯਾਰ, ਮੈਂ ਛੱਡ ਕੇ ਆਇਆ ਵਾਂ, ਚੰਗਾ ਭਲਾ ਗੱਲਾਂ ਬਾਤਾਂ ਕਰਦਾ ਗਿਆ ਮੇਰੇ ਨਾਲ, ਐਵੇਂ ਉਹ ਗੱਲ। ਜਾ ਤੂੰ ਜਾ ਕੇ ਹੌਂਸਲਾ ਦੇ, ਮੈਂ ਕਰਨਾ ਵਾ ਕਿਤੋਂ ਪਤਾ ਫਿਰ। ਜਾ ਚੱਲ ਆ ਜਾਓ ਫਿਰ, ਹੁਣ ਘਰ ਆਇਓ। ਹੁਣ ਮੈਂ ਆਉਂਦਾ ਵਾ, ਮੁੰਡੇ ਦਾ ਇੱਕ ਦਾ ਨੰਬਰ ਆਇਆ ਵਾ, ਉਹਨੂੰ ਮੈਂ ਫੋਨ ਲਾ ਕੇ ਪੁੱਛਣਾ ਵਾ ਭਲਾ। ਆਓ ਫਿਰ ਆ ਕੇ ਉਹਨੂੰ ਥੋੜਾ ਬਹੁਤਾ ਸਮਝਾਓ, ਮੇਰੇ ਕਹਿਣ ਤੇ ਨਹੀਂ ਮੰਨਣ ਦੀਆਂ ਵੀ। ਚੱਲ ਜਾ, ਮੈਂ ਆਉਂਦਾ। ਤੁਹਾਨੂੰ ਮੈਂ ਕਿੱਦਾਂ ਦੱਸਾਂ ਵੀ ਫੋਨ ਕਿੱਦਾਂ ਆਉਣਾ ਉਹਦਾ, ਹੁਣ ਨਹੀਂ ਉਹਦਾ ਫੋਨ ਆਉਣਾ। ਜਿੰਨੀ ਟੈਨਸ਼ਨ ਲਈ ਜਾਂਦੀ ਹੈ ਲਈ ਜਾਓ, ਇੱਦਾਂ ਕਰਨਾ ਵਾ, ਜੋਤ ਭਾਬੀ ਨਾਲ ਗੱਲ ਕਰਨਾ ਵਾ, ਜਾ ਕੇ ਉਹਨੂੰ ਮੈਂ ਹੌਂਸਲਾ ਦਿੰਦਾ ਵਾਂ, ਫਿਰ ਉਹਨਾਂ ਥੋੜ੍ਹਾ ਜਿਹਾ ਹੋ ਜਾਣਾ ਵਾ। ਇੱਦਾਂ ਤਾਂ ਉਹਨਾਂ ਟੈਨਸ਼ਨ ਲਈ ਜਾਣੀ, ਪਰ ਟੈਨਸ਼ਨ ਲਿਆ ਕੋਈ ਹੱਲ ਹੀ ਹੈ ਨਹੀਂ ਆ ਹੁਣ। ਲਵਲੀ ਯਾਰ, ਮੈਨੂੰ ਨਾ ਸਮਝ ਨਹੀਂ ਆਉਂਦੀ ਵੀ ਘਰ ਵਿੱਚ ਕੀ ਬਣ ਰਿਹਾ। ਚੰਗਾ ਵਾਲਾ ਘਰ ਬਾਰ ਆਪਣਾ ਚੱਲਦਾ ਸੀ, ਉਹ ਤਾਂ ਸਾਰਿਆਂ ਨੂੰ ਟੈਨਸ਼ਨ ਪਈ, ਕੋਈ ਸਮਝ ਨਹੀਂ ਲੱਗਣ ਦੀ, ਚੰਗਾ ਭਲਾ ਇੱਥੋਂ ਘੱਲਿਆ। ਮੰਮੀ ਤੇਰੀ ਬੜੀ ਟੈਨਸ਼ਨ ਲੈਣ ਡਈ ਆ। ਸਾਰੇ ਬੜੀ ਟੈਨਸ਼ਨ 'ਚ ਵਾ, ਕਹਿੰਦੀ ਵੀ ਅੱਗੇ ਚੱਲ ਫੋਨ ਕਰਦਾ ਸੀ, ਗੱਲਾਂ ਬਾਤਾਂ ਹੁੰਦੀਆਂ ਸੀ, ਹੁਣ ਜਿੱਦਣ ਦਾ ਗਿਆ ਨਾ ਫੋਨ, ਚੱਲ ਪਹਿਲਾਂ ਲੱਗਦਾ ਸੀ ਮਾੜਾ ਮੋਟਾ ਜਿਹੜਾ, ਹੁਣ ਉਹ ਵੀ ਬੰਦ ਹੋ ਗਿਆ। ਉਹ ਡੈਡੀ ਜੀ, ਮੈਂ ਤਾਂ ਪਤਾ ਨਹੀਂ ਵੀ ਕਿੰਨਿਆਂ ਨੂੰ ਫੋਨ ਕਰ ਛੱਡੇ, ਮੇਰਾ ਫੋਨ ਤਾਂ ਵੇਖੋ ਤੁਸੀਂ। ਕੋਈ ਗੱਲ ਤਾਂ ਤੇਰੀ ਠੀਕ ਆ ਲਵਲੀ, ਜੋਤ ਵੀ ਬੜੀ ਰੋਣ ਡਈ ਆ ਵੀ ਉਹ ਫੋਨ ਨਹੀਂ ਚੁੱਕਦਾ, ਹੁਣ ਉਹਦੇ ਪੇਕਿਆਂ ਤੋਂ ਫੋਨ ਆਉਣ ਡੇ ਉਹਨੂੰ। ਅੱਛਾ, ਵੀ ਕਿਉਂ ਫੋਨ ਕਿਉਂ ਨਹੀਂ ਚੁੱਕਦਾ, ਕੀ ਗੱਲ ਹੋ ਗਿਆ ਉਹਨੂੰ? ਉਹ ਮੈਂ ਤਾਂ ਡੈਡੀ ਜੀ ਬਥੇਰਾ ਕੋਸ਼ਿਸ਼ ਕਰਨੀ ਆ ਵੀ ਕਿਸੇ ਦਾ ਨੰਬਰ ਮਿਲ ਜੇ, ਕਈ ਵਿੱਚੋਂ ਚੁੱਕਦੇ ਨਹੀਂ ਆ। ਉਹ ਤੇਰੇ ਕੋਲ ਯਾਰ ਉਹਨਾਂ ਦੇ ਮੁੰਡਿਆਂ ਦੇ ਨੰਬਰ ਹੈਗੇ ਜਿਹੜੇ ਉਹਦੇ ਨਾਲ ਰਹਿੰਦੇ ਆ, ਤੂੰ ਗਲਤ ਕਰ ਉਹਨਾਂ ਕਿਸੇ ਨਾਲ। ਮੈਂ ਬੜਿਆਂ ਨੂੰ ਪੁੱਛਿਆ ਵਾ, ਨਹੀਂ ਗੱਲ ਬਣਦੀ ਅਜੇ। ਮੈਂ ਚੱਲ ਕੰਪਨੀ ਵਾਲਿਆਂ ਦਾ ਕਿਤੇ ਮਿਲ ਜੇ ਨੰਬਰ,
ਓਏ ਆਹੋ ਚਲੋ ਹਲੇ ਆ ਵੀ ਉਹਨਾਂ ਨੂੰ ਪੁੱਛਿਆ ਵੀ ਬੰਦਾ ਇੱਥੇ ਪਹੁੰਚਿਆ ਵੀ ਹੈ ਵਾ ਕਿ ਨਹੀਂ ਉਹ ਨਹੀਂ ਲਵਲੀ ਪਹੁੰਚ ਗਿਆ ਸੀ ਉਹ ਪਹੁੰਚ ਗਿਆ ਸੀ ਉਹ ਚਲੋ ਉਹ ਡੈਡੀ ਜੀ ਹੁਣ ਤਾਂ ਹੌਂਸਲਾ ਹੀ ਦੇਣਾ ਵਾ ਇੱਕ ਦੂਜੇ ਨੂੰ ਉਹ ਲਵਲੀ ਉਹ ਤਾਂ ਗੱਲ ਤੇਰੀ ਠੀਕ ਆ ਤੇਰੀ ਮੰਮੀ ਬੜਾ ਫਿਕਰ ਕਰਨ ਡਈ ਆ ਤੇ ਜਾਂ ਮੇਰਾ ਪੁੱਤ ਉਹਨੂੰ ਹੌਂਸਲਾ ਦੇ ਚੱਲ ਮੈਂ ਜਾਂਦਾ ਵਾ ਕਿਤੇ ਉਹ ਨਾ ਬਿਮਾਰ ਹੋ ਕੇ ਬਹਿ ਜੇ ਮੁੜ ਕੇ ਕਿਹਨੂੰ ਸਾਂਭਦੇ ਰਹਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੰਗਾ ਭਲਾ ਸਾਡਾ ਘਰ ਹੱਸਦਾ ਵੱਸਦਾ ਸੀ ਸਮਝ ਨਹੀਂ ਆਉਂਦੀ ਮੁੰਡਾ ਵੀ ਚੰਗਾ ਭਲਾ ਇੱਥੋਂ ਗਿਆ ਸੀ ਅਤੇ ਹੁਣ ਫੋਨ ਨਹੀਂ ਚੁੱਕਣ ਡਿਆ ਉਹ ਮੰਮੀ ਜੀ ਬੈਠੇ ਜੀ ਬੈਠੀ ਆ ਪੁੱਤ ਵਿਆਹਣਾ ਬੁਣਾ ਕੀ ਆ ਮੇਰੀ ਗੱਲ ਸੁਣੋ ਤੁਸੀਂ ਕਿਉਂ ਟੈਨਸ਼ਨ ਲੈਣ ਡੇ ਜੀ ਇੰਨੀ ਪੁੱਤ ਤੁਸੀਂ ਤਾਂ ਆਹ ਗੱਲ ਵਾਰ ਵਾਰ ਕਰੀ ਜਾਣ ਡੇ ਜੀ ਵੀ ਤੁਸੀਂ ਟੈਨਸ਼ਨ ਕਿਉਂ ਲੈਣ ਡੇ ਮੈਂ ਮਾਂ ਵਾਂ ਮੈਨੂੰ ਕੋਈ ਫਿਕਰ ਨਹੀਂ ਉਹਦਾ ਉਹ ਟੈਨਸ਼ਨ ਤਾਂ ਚਲੋ ਸਾਰਿਆਂ ਨੂੰ ਹੈਗੀ ਹੈ ਹੁਣ ਮੈਂ ਵੀ ਫੋਨ ਲਾਉਣ ਡਿਆ ਵਾਂ ਘੱਟੋ ਘੱਟ ਤਾਂ 50 ਜਣਿਆਂ ਨੂੰ ਫੋਨ ਕਰਦੇ ਆ ਹੁਣ ਨੰਬਰ ਆਉਂਦੇ ਵੀ ਕੰਪਨੀ ਦਾ ਮਿਲਦਾ ਵਾ ਅਤੇ ਫਿਰ ਤੈਨੂੰ ਦਿੰਦੇ ਹਾਂ ਵੀ ਮੇਰੀ ਗੱਲ ਸੁਣ ਜਦੋਂ ਬੰਦਾ ਬਾਹਰ ਜਾਂਦਾ ਵਾ ਕੰਪਨੀ ਦਾ ਕੋਈ ਨੰਬਰ ਨਹੀਂ ਘਰ ਹੈਗਾ ਕਾਗਜ਼ ਪੱਤਰ ਇੰਨੇ ਬਣਾਏ ਸੀਗੇ ਉਹ ਮੰਮੀ ਸਾਰਾ ਕੁਛ ਤਾਂ ਉਹਦੇ ਕੋਲ ਵਾ ਉਹ ਫਿਰ ਨਾਲ ਹੀ ਖੜਨਾ ਪੈਂਦਾ ਵਾ ਹੁਣ ਸਾਨੂੰ ਇਹ ਗੱਲ ਦਾ ਥੋੜ੍ਹਾ ਪਤਾ ਵੀ ਫੋਨ ਹੀ ਬੰਦ ਹੋ ਜਾਣਾ ਕਿਤੇ ਨਾ ਕਿਤੇ ਹੀਲਾ ਵਸੀਲਾ ਕਰ ਪਤਾ ਤੇ ਲੱਗੇ ਚੱਲ ਆਪਣਾ ਗੱਲ ਕਰੂਗਾ ਮੈਨੂੰ ਪਤਾ ਲੱਗ ਜਾਣਾ ਵਾ ਜੇ ਇਦਾਂ ਟੈਨਸ਼ਨ ਲੈ ਕੇ ਬੈਠੇ ਰਹੋਗੇ ਤੇ ਕੋਈ ਹੱਲ ਹੈਗਾ ਵਾ ਵੀ ਉਹ ਪਰਲੇ ਮੱਲਿਓ ਮੁੰਡਾ ਗਿਆ ਵਾ ਉਹਦੇ ਲਾਗੇ ਹੀ ਕੰਮ ਕਰਦਾ ਸੀਗਾ ਉਧਰ ਫੇਰਾ ਮਾਰ ਲਾ ਉਹਦੇ ਮਾਂ ਪਿਓ ਨੂੰ ਪੁੱਛ ਲਾ ਮੈਂ ਫੋਨ ਕੀਤਾ ਵਾ ਮੈਂ ਸਾਰਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਹੁਣ ਉੱਥੇ ਜਾ ਕੇ ਤੇ ਫੇਰ ਹੀ ਪਤਾ ਲੱਗੂਗਾ ਇਹ ਥੋੜਾ ਵਾ ਵੀ ਹੁਣ ਇੱਕੋ ਕੰਪਨੀ 'ਚ ਵਾ ਸਾਰੇ ਚੱਲ ਕੋਈ ਨਹੀਂ ਭੱਜ ਦੌੜ ਕਰ ਤੇ ਪਤਾ ਤੇ ਲਾ ਵੀ ਹੈ ਕਿੱਥੇ ਆ ਤੇ ਹੈ ਠੀਕ ਠਾਕ ਵਾ ਕੋਈ ਗੱਲ ਨਹੀਂ ਮੈਂ ਸ਼ਾਮਾਂ ਤੱਕ ਪਤਾ ਕਰ ਲੈਣਾ ਵਾ ਤੇ ਤੁਸੀਂ ਕੰਮ ਧੰਦਾ ਕਰੋ ਉੱਠ ਕੇ ਕੰਮ ਧੰਦਾ ਕੀ ਕਰਨਾ ਵਾ ਕੰਮ ਵੱਲ ਤੇ ਵੇਖਣ ਨੂੰ ਜੀ ਨਹੀਂ ਕਰਨ ਡਿਆ ਘਰ ਵਿੱਚ ਇਹੋ ਜਿਹੀ ਬਿਪਤਾ ਪਈ ਹੋਵੇ ਤੇ ਕੰਮ ਹੁੰਦਾ ਵਾ ਮੇਰੀ ਗੱਲ ਸੁਣੋ ਆਖਣ ਡਿਆ ਜੋਤ ਦੇ ਪਿੰਡੋਂ ਵੀ ਫੋਨ ਆਉਣ ਡਿਆ ਵਾ ਆਹ ਤਾਂ ਉਹਨੇ ਆਪਣੇ ਮਾਂ ਪਿਓ ਨੂੰ ਦੱਸਣਾ ਹੀ ਵੀ ਨਾ ਫੋਨ ਚੁੱਕਦਾ ਵਾ ਤੇ ਨਾ ਫੋਨ ਆਉਂਦਾ ਵਾ ਤੇ ਉਹਨਾਂ ਨੇ ਕਰਕੇ ਪੁੱਛਣਾ ਵਾ ਵੀ ਕਿਉਂ ਨਹੀਂ ਆਉਂਦਾ ਕੀ ਗੱਲ ਹੋਈ ਵੀ ਚੱਲ ਦੂਜੇ ਦੇਸ਼ ਦਾ ਬਣਾਉਂਦੇ ਆ ਹੋ ਸਕਦਾ ਉਹੀ ਡਿਆ ਹੋਏ ਤਿਆਰੀ ਤਿਉਰੀ ਕਰਨ ਤੁਸੀਂ ਤਾਂ ਐਵੇਂ ਟੈਨਸ਼ਨ ਲਈ ਜਾਣ ਡੇ ਜੀ ਉਦਾਂ ਲਵਲੀ ਤੂੰ ਵੀ ਨਾ ਗੱਲ ਮੰਨੀ ਨਹੀਂ ਤੈਨੂੰ ਮੈਂ ਉਦੋਂ ਵੀ ਸਮਝਾਇਆ ਸੀ ਵੀ ਪੁੱਤ ਉਹ ਚੱਲ ਜੂਗਾ ਤੇਰਾ ਵੀ ਕੰਮ ਬਣ ਜੂਗਾ ਪਰ ਨਾ ਤੂੰ ਆਉਂਦਾ ਵੀ ਜੇ ਉਹਨੇ ਜਾਣਾ ਤੇ ਮੈਨੂੰ ਉਹਨੇ ਪੈਸੇ ਦੇ ਦਿਓ ਮੇਰੀ ਸੁਣੋ ਗੱਲ ਜਦੋਂ ਮੇਰੇ ਨਾਲ ਗਿਆ ਵਾ ਨਾ ਮੈਂ ਚੜ੍ਹਾ ਕੇ ਆਇਆ ਹੋਰ ਤਾਂ ਨਹੀਂ ਗਿਆ ਕੋਈ ਵੀ ਨਾਲ ਬੜਾ ਵਧੀਆ ਗੱਲਾਂ ਬਾਤਾਂ ਕਰਦਾ ਗਿਆ ਵਾ ਇਹ ਥੋੜ੍ਹਾ ਵੀ ਅਸੀਂ ਲੜ ਕੇ ਗਏ ਹਾਂ ਘਰੋਂ ਚੱਲ ਹਾਂ ਗੱਲਾਂ ਛੱਡ ਹੁਣ ਉਹ ਜੋਤ ਨੂੰ ਮਾਰਵਾਜ ਤੂੰ ਉਹਨੂੰ ਵੀ ਕਹਿ ਉਹ ਅੰਦਰ ਰੋਣ ਡਈ ਆ ਮੈਂ ਘੜੀ ਘੜੀ ਜਾ ਕੇ ਉਹਨੂੰ ਕੀ ਕਹਾਂ ਮਾਰੋ ਤੁਸੀਂ ਆਵਾਜ਼ ਮੈਂ ਸਮਝਾਉਂਦਾ ਜੋਤ ਪੁੱਤ ਗੱਲ ਸੁਣ ਭਾਬੀ ਜੀ ਮੇਰੀ ਸੁਣੋ ਗੱਲ ਮੈਂ ਕੀਤਾ ਮੁੰਡਿਆਂ ਨੂੰ ਫੋਨ ਤੇ ਉਹ ਆਉਂਦੇ ਆ ਵੀ ਕੰਪਨੀ 'ਚੋਂ ਨੰਬਰ ਲੈ ਕੇ ਨਾ ਤੇ ਫਿਰ ਤੁਹਾਨੂੰ ਦਿੰਦੇ ਆ ਤੇ ਤੁਸੀਂ ਐਵੇਂ ਸਾਰਾ ਟੱਬਰ ਟੈਨਸ਼ਨ 'ਚ ਪਏ ਜੇ ਚੱਲ ਪੁੱਤ ਤੂੰ ਫਿਕਰ ਨਾ ਕਰ ਆਪੇ ਡਿਆ ਵਾ ਹੱਥ ਪੈਰ ਮਾਰਨ ਕਿਤੇ ਨਾ ਕਿਤੇ ਨੰਬਰ ਪੈਦਾ ਕਰੂਗਾ ਨਾ ਤਾਂ ਆਪੇ ਗੱਲ ਕਰੂਗਾ ਤੇ ਤੇਰੀ ਵੀ ਫਿਰ ਗੱਲ ਕਰਵਾ ਦੂਗਾ ਠੀਕ ਆ ਚਲੋ ਘਰ ਦਾ ਤੇ ਕੰਮ ਕਰੋ ਹਾਂ ਨਾਲੇ ਮਨ ਹੋਰ ਦਾ ਹੋਰ ਹੋਊਗਾ ਤੁਹਾਡਾ ਚੱਲ ਜੋਤ ਰਸੋਈ ਦਾ ਕੰਮ ਨਿੱਕਾ ਮੋਟਾ ਵੇਖ ਲਈਏ ਫੋਨ ਤਾਂ ਨਹੀਂ ਗਾ ਤੁਹਾਨੂੰ ਕਿਸੇ ਨੂੰ ਵੀ ਆਉਣਾ ਲਈ ਜਾਓ ਟੈਨਸ਼ਨ ਜਿੰਨੀ ਕੁ ਲੈਣੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੋਤ ਨੂੰ ਕਿੱਦਾਂ ਕੱਢਾਂਗੇ ਬਾਹਰ ਇੱਦਾਂ ਕਰਨਾ ਮੰਮੀ ਨੂੰ ਕੋਈ ਬਹਾਨਾ ਲਾਉਣਾ ਜਿਹੜਾ ਇਹ ਆਪ ਹੀ ਘਰੋਂ ਕੱਢ ਦੇਣ ਉਹਨੂੰ ਕੋਈ ਨਹੀਂ ਲਾਉਣਾ ਕੋਈ ਨਾ ਕੁਛ ਕੀ ਮੈਂ ਤੈਨੂੰ ਚਾਹ ਬਣਾ ਲਾ ਘੁੱਟ ਜੋਤ ਕੋਈ ਨਹੀਂ ਚਾਹ ਵੀ ਪੀਂਦੇ ਆ ਮੈਂ ਤੈਨੂੰ ਇਹ ਕਹਿਣਾ ਸੀ ਤੂੰ ਮੇਰੀ ਤੇ ਫਿਕਰ ਨਾ ਕਰ ਫਿਕਰ ਤਾਂ ਮੈਨੂੰ ਵੀ ਬੜਾ ਵਾ ਪਰ ਵਾਕਿਆ ਸਹੀ ਗੱਲ ਜੇ ਆਪਾਂ ਇੱਦਾਂ ਕਰਾਂਗੇ ਆਪ ਬਿਮਾਰ ਹੋ ਜਾਵਾਂਗੇ ਲਵਲੀ ਕਿੰਨਾ ਜ਼ੋਰ ਲਾਉਣ ਡਿਆ ਵਾ ਉਹਨੇ ਨਾ ਕਿਤੇ ਨਾ ਕਿਤੇ ਨੰਬਰ ਲੱਭ ਲੈਣਾ ਵਾ ਅਤੇ ਕੋਈ ਗੱਲ ਨਹੀਂ ਗੱਲ ਕਰਦਾ ਵਾ ਤੇਰੀ ਵੀ ਗੱਲ ਕਰਵਾਊਗਾ
ਹੁਣ ਤੇਰੇ ਪਿੰਡ ਵਾਲੇ ਆ ਅਤੇ ਕਿੱਦਾਂ ਉੱਥੇ ਬਾਹਰ ਪਰਦੇਸਾਂ ਵਿੱਚ ਬੈਠੇ ਆ, ਉਹ ਵੀ ਫਿਕਰ ਕਰਨ ਡਏ ਆ ਵੀ ਫੋਨ ਕਿਉਂ ਨਹੀਂ ਚੁੱਕਦਾ, ਕਿਉਂ ਨਹੀਂ ਕਰਦਾ। ਪੁੱਤ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਵੀ ਉਹਨਾਂ ਨਾਲ ਗੱਲ ਨਾ ਕਰੀ, ਐਡੀ ਦੂਰ ਬੈਠੇ ਲਾਗੇ ਛਾਗੇ, ਹੁਣ ਫਿਰ ਤਾਂ ਬੰਦਾ ਆ ਹੀ ਜਾਂਦਾ ਵਾ। ਮੰਮੀ ਜੀ ਗੱਲ ਨਹੀਂ ਕਰਨੀ ਮੈਂ, ਜੇ ਉਹ ਆਪ ਫੋਨ ਨਾਲ ਆਉਂਦੇ ਤਾਂ ਮੈਨੂੰ ਕੀ ਲੋੜ ਸੀ ਉਹਨਾਂ ਨਾਲ ਗੱਲ ਕਰਨ ਦੀ। ਉਹਨਾਂ ਨੇ ਆਪ ਹੀ ਇਹਨਾਂ ਨੂੰ ਫੋਨ ਲਾਇਆ ਵੀ ਕਦੋਂ ਕੁ ਤੱਕ ਆਉਣਾ ਵਾ, ਹਾਲ ਚਾਲ ਤਾਂ ਬੰਦਾ ਪੁੱਛਦਾ ਹੀ ਆ। ਅਤੇ ਜਦੋਂ ਹੁਣ ਫੋਨ ਨਾ ਲੱਗੂਗਾ, ਜਦੋਂ ਤੱਕ ਤਾਂ ਬਿਜ਼ੀ ਸੀ ਉਦੋਂ ਤੱਕ ਤਾਂ ਸਰ ਗਿਆ ਵੀ ਕੰਮ 'ਤੇ ਹੋਣੇ ਆ, ਅਤੇ ਜਦੋਂ ਫੋਨ ਹੀ ਬੰਦ ਆਉਣ ਲੱਗ ਪਿਆ ਫਿਰ ਮੈਨੂੰ ਤਾਂ ਪੁੱਛਣਾ ਹੀ ਉਹਨਾਂ ਨੇ। ਚੱਲ ਕੋਈ ਗੱਲ ਨਹੀਂ ਮੇਰੀ ਧੀ, ਨਾ ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਵਾਂ, ਮੇਰੇ ਹੁੰਦਿਆਂ ਤੂੰ ਫਿਕਰ ਕਿਉਂ ਕਰਦੀ ਆ? ਕੋਈ ਨਹੀਂ ਮੰਮੀ ਜੀ, ਨਹੀਂ ਕਰਦੀ ਫਿਕਰ ਵਾ, ਤੁਸੀਂ ਡੈਡੀ ਨੂੰ ਵੀ ਕਿਹੋ। ਕੋਈ ਨਹੀਂ, ਮੈਂ ਡੈਡੀ ਤੇਰੇ ਨਾਲ ਬੜਾ ਗਿਆ ਵਾ, ਪਿੰਡ 'ਚ ਹੋਰ ਵੀ ਮੁੰਡੇ ਗਏ ਆ, ਮੈਂ ਤਾਂ ਉਹਨਾਂ ਵੱਲ ਵੀ ਘਲਾਇਆ ਸੀ ਵੀ ਜਾਓ ਉਹਨਾਂ ਦੇ ਮਾਂ ਪਿਓ ਦਾ ਨੰਬਰ ਲੈ ਕੇ ਤਾਂ ਉਹਨਾਂ ਮੁੰਡਿਆਂ ਨੂੰ ਹੀ ਫੋਨ ਕਰੋ। ਹੁਣ ਤੈਨੂੰ ਪਤਾ ਵਾ ਪੁੱਤ ਬਾਹਰ ਸਾਰੇ ਤਾਂ ਕੰਮਾਂ ਕਾਰਾਂ 'ਤੇ ਬਿਜ਼ੀ ਹੁੰਦੇ ਆ, ਰੀਅਲ ਤਾਂ ਕਿਸੇ ਕੋਲ ਵੀ ਨਹੀਂ ਹੁੰਦੀ। ਅਤੇ ਨਾਲੇ ਸਾਰੇ ਕਿਹੜੇ ਇੱਕੋ ਕੰਪਨੀ ਵਿੱਚ ਇਕੱਠੇ ਕੰਮ ਕਰਨ ਡਿਆ, ਕੋਈ ਕਿਤੇ ਕੰਮ ਕਰਨ ਡਿਆ ਵਾ, ਕੋਈ ਕਿਤੇ ਕੰਮ ਕਰਨ ਡਿਆ ਵਾ। ਕੋਈ ਨਹੀਂ, ਫਿਰ ਵੀ ਪੈਰਵਾਈ ਅਸੀਂ ਪੂਰੀ ਕਰਨ ਡਏ ਹਾਂ, ਮੈਂ ਤੇਰੇ ਡੈਡੀ ਨੂੰ ਹੋਰ ਵੀ ਕਿਸੇ ਇੱਕ ਦੋ ਥਾਂ ਘਲਾਉਂਦੀ ਹਾਂ। ਕੋਈ ਨਹੀਂ ਮੰਮੀ ਜੀ, ਮੈਂ ਫਿਰ ਲਿਆਉਂਦੀ ਤੁਹਾਡੇ ਵਾਸਤੇ ਚਾਹ। ਮੈਂ ਤਾਂ ਨਹੀਂ, ਮੈਂ ਬਣਾਉਂਦੀ ਚਾਹ। ਨਹੀਂ ਨਹੀਂ ਜਾ ਤੂੰ ਆਰਾਮ ਕਰ ਲਾ, ਮੈਂ ਲਿਆਉਂਦੀ ਹਾਂ, ਤੁਸੀਂ ਕਰੋ ਰੈਸਟ ਕਰੋ। ਮੰਮੀ ਹੁਣਾਂ ਨੂੰ ਕੀ ਪਤਾ ਵਾ, ਜਿਹੜਾ ਦਿਨ ਚੜ੍ਹਦਾ ਆ ਨਵੀਂ ਆਸ ਲੈ ਕੇ ਆਉਂਦਾ ਵਾ, ਪਰ ਮੇਰੇ ਵਾਸਤੇ ਤਾਂ ਉੱਦਾਂ ਦਾ ਹੀ ਚੜ੍ਹਦਾ ਆ। ਮੈਨੂੰ ਤਾਂ ਫਿਰ ਉਹੀ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਕੋਈ ਨਹੀਂ ਕੋਈ ਨਹੀਂ ਆਜੂਗਾ ਫੋਨ, ਸਵੇਰ ਤੋਂ ਲੈ ਕੇ ਸ਼ਾਮ ਤੱਕ ਡੀਕਦੀ ਰਹਿੰਦੀ। ਯਾਰ ਮੈਨੂੰ ਇੱਕ ਗੱਲ ਦੀ ਟੈਨਸ਼ਨ ਪਈ ਆ ਹੁਣ ਵੀ ਜੋਤ ਦਾ ਕੰਮ ਹੁਣ ਕਿੱਦਾਂ ਕਰਨਾ। ਇਹ ਆ ਵੀ ਹੁਣ ਤੱਤੇ ਤੱਤੇ ਘਾਜ ਹੋ ਗਿਆ ਨਾ, ਇਹਨਾਂ ਯਕੀਨ ਵੀ ਕਰ ਲੈਣਾ ਵਾ, ਅਤੇ ਜੇ ਵਿੱਚ ਟਾਈਮ ਪੈ ਗਿਆ ਨਾ ਫਿਰ ਨਹੀਂ ਇਹਨਾਂ ਯਕੀਨ ਕਰਨਾ। ਇੱਦਾਂ ਕਰਨਾ ਵਾ ਕਿ ਮੁੰਡੇ ਨੂੰ ਫੋਨ ਕਰਨਾ ਵਾ, ਉਹਨੂੰ ਸਮਝਾਉਣਾ ਵਾ ਸਾਰੀਆਂ ਗੱਲਾਂ, ਅਤੇ ਇਹਨਾਂ ਨੂੰ ਸਾਰਿਆਂ ਨੂੰ ਬਾਲ ਕੇ ਨਾ ਅਤੇ ਵਿੱਚ ਉਹਨੂੰ ਫੋਨ ਕਰੂੰਗਾ। ਕਿਉਂਕਿ ਜੇ ਮੈਂ ਇਕੱਲੇ ਨੇ ਕਿਹਾ ਨਾ ਇਕੱਲੇ ਇਕੱਲੇ ਜਾਣੇ ਨੇ, ਇਹਨਾਂ ਯਕੀਨ ਨਹੀਂ ਫਿਰ ਮੇਰੇ 'ਤੇ ਕਰਨਾ, ਨਹੀਂ ਨਹੀਂ ਇੱਦਾਂ ਨਹੀਂ ਹੋ ਸਕਦਾ, ਇਉਂ ਆ ਜਾਊਂ। ਇੱਦਾਂ ਕਰਨਾ, ਸਭ ਹੀ ਨੂੰ ਫੋਨ ਲਾਉਂਦਾ, ਉਹਨੂੰ ਕਹਿੰਦਾ ਵਾ ਵੀ ਫੋਨ ਲਾ ਦੇ ਮੈਨੂੰ। ਹੈਲੋ, ਹਾਂ ਸਭ ਵੀ ਕੀ ਹਾਲ ਚਾਲ ਆ? ਠੀਕ ਠਾਕ? ਹਾਂ ਵਧੀਆ ਵਧੀਆ, ਆਪਣੀ ਸੁਣਾ ਤੂੰ? ਠੀਕ ਠਾਕ ਵਧੀਆ। ਉਹ ਮੇਰੀ ਸੁਣ ਗੱਲ, ਇੱਕ ਕੰਮ ਕਰਨਾ ਵਾ ਯਾਰ। ਉਹ ਆਹੋ ਪਹਿਲਾ ਕੰਮ ਤਾਂ ਹੋ ਗਿਆ ਵਾ, ਇੱਕ ਹੋਰ ਵਾ। ਮੈਂ ਤੈਨੂੰ ਹੁਣ ਗੱਲਾਂ ਲੱਗਾ ਸਮਝਾਉਣ ਦੋ ਤਿੰਨ, ਅਤੇ ਜਦੋਂ ਮੈਂ ਕੱਲ ਆਊਂਗਾ ਨਾ ਫੋਨ, ਉਹੋ ਹੀ ਗੱਲਾਂ ਤੂੰ ਕਰਨੀਆਂ ਵਾ। ਆਹੋ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਮੈਂ ਫੋਨ ਲਾਊਂਗਾ ਨਾ, ਮੈਂ ਤੈਨੂੰ ਕਹੂੰਗਾ ਵੀ ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਆ ਨਾ? ਤੂੰ ਗਾੜੀਓ ਸਤਿ ਸ਼੍ਰੀ ਅਕਾਲ ਦਾ ਜਵਾਬ ਦੇ ਦੇਈਂ, ਫਿਰ ਮੈਂ ਪੁੱਛੂੰਗਾ ਜੋਬਨ ਬਾਰੇ, ਠੀਕ ਆ? ਤੂੰ ਜੋਬਨ ਬਾਰੇ ਇਹੋ ਕਹਿਣਾ ਵਾ, ਉਹਨੇ ਤਾਂ ਵਿਆਹ ਕਰਾ ਲਿਆ ਵਾ ਦੂਜਾ, ਅਤੇ ਨਾਲੇ ਉਹਨੇ ਕੰਪਨੀ ਚੇਂਜ ਕਰ ਲਈ ਆ, ਉਹਨੂੰ 3-4 ਦਿਨ ਹੀ ਹੋਏ ਆ ਗਏ ਨੂੰ ਇੱਥੋਂ, ਠੀਕ ਆ ਨਾ? ਆਹੋ ਤੂੰ ਇਹ ਗੱਲ ਕਹਿਣੀ ਆ ਵੀ ਪਹਿਲਾਂ ਨਾ ਖਪਿਆ ਬੜਾ ਸੀ, ਇੱਕ ਦਿਨ ਤਾਂ ਕਿਸੇ ਨਾਲ ਕੂਇਆ ਹੀ ਨਹੀਂ ਉਹ। ਆਹੋ ਬਸ ਤੂੰ ਇਹੋ ਗੱਲ ਕਹਿਣੀ ਆ ਵੀ ਉਹਨੇ ਵਿਆਹ ਕਰਾ ਲਿਆ ਦੂਜਾ, ਮੁੱਕਦੀ ਗੱਲ ਇਹ, ਠੀਕ ਆ? ਅਤੇ ਮੈਂ ਮੁੜ ਕੇ ਕਹੂੰਗਾ ਵੀ ਜਿਹੜੀ ਕੰਪਨੀ 'ਚ ਗਿਆ ਵਾ ਉਹਦਾ ਨੰਬਰ ਦੇ ਦਿਉ, ਤੁਸੀਂ ਕਿਹੋ ਵੀ ਉਹਦਾ ਨਹੀਂ ਗਾ ਸਾਨੂੰ ਪਤਾ, ਇੰਨਾ ਮੈਨੂੰ ਪਤਾ ਵੀ ਉਹਨੇ ਵਿਆਹ ਕਰਾ ਲਿਆ ਅਤੇ ਇੱਥੋਂ ਚੱਲ ਗਿਆ ਵਾ, ਇੱਦਾਂ ਹੀ ਕਹਿਣਾ ਹੀ ਉਹ, ਠੀਕ ਆ ਨਾ? ਆਹੋ ਚੱਲ ਠੀਕ ਆ, ਚੱਲ ਇਹ ਆ ਵੀ ਹੁਣ ਇਹਨਾਂ ਨੂੰ ਯਕੀਨ ਹੋ ਜਾਊਗਾ। ਇੱਦਾਂ ਕਰਨਾ, ਕੱਲ੍ਹ ਨੂੰ ਕਰੂੰਗਾ ਸਾਰਿਆਂ ਨੂੰ ਇਕੱਠੇ ਵਿੱਚ ਕਰਕੇ ਨਾ ਬਾਲ ਕੇ, ਅਤੇ ਫੋਨ ਕਰੂੰਗਾ, ਫਿਰ ਆਪੇ ਨਾਲੇ ਇਹਨਾਂ ਨੂੰ ਯਕੀਨ ਹੋ ਜਾਊਗਾ।